ਸ਼੍ਰੀਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ? ਉਮੀਦ ਕਰਦਾ ਸਾਰੇ ਤੁਸੀਂ ਠੀਕ ਹੋਵੋਗੇ। ਅੱਜ ਅਸੀਂ ਖੜ੍ਹੇ ਹਾਂ ਬਰਲਿਨ ਸ਼ਹਿਰ ਦੇ ਸੈਂਟਰ ਸਟੇਸ਼ਨ, ਟ੍ਰੇਨ ਸਟੇਸ਼ਨ ਦੇ ਉੱਤੇ, ਅਤੇ ਇੱਥੇ ਸਾਡੀ ਟ੍ਰੇਨ ਵੀ ਪਿੱਛੇ ਖੜ੍ਹੀ ਆ, ਅਤੇ ਅਸੀਂ ਜਾ ਰਹੇ ਹਾਂ ਅੱਜ ਪੋਲੈਂਡ। ਵੈਸੇ ਸਾਡੇ ਵਿਚਾਰ ਸੀਗਾ ਵੀ ਅਸੀਂ ਬਾਈ ਏਅਰ ਜਾਈਏ, ਪਰ ਬਾਈ ਏਅਰ ਜਾਣ ਦਾ ਖਰਚਾ ਬਹੁਤ ਜ਼ਿਆਦਾ ਆਉਂਦਾ ਆ, ਪਰ ਅਸੀਂ ਜਾ ਰਹੇ ਹਾਂ ਟ੍ਰੇਨ, ਕਿਉਂਕਿ ਬਹੁਤ ਸਸਤੀ ਪੈਂਦੀ ਆ। ਜੇ ਆਪਾਂ ਯੂਰਪ ਦੇ ਵਿੱਚ ਕਿਸੇ ਵੀ ਇੱਕ ਕੰਟਰੀ ਦੂਜੀ ਕੰਟਰੀ ਜਾਣਾ ਆ ਬਾਈ ਟ੍ਰੇਨ ਜਾਂ ਬਾਈ ਬੱਸ, ਇਹ ਫਾਈਨਲੀ ਆ ਜਾ ਰਹੇ ਹਾਂ ਪੋਲੈਂਡ। ਅਤੇ ਵੀਡੀਓ ਨੂੰ ਜ਼ਰੂਰ ਐਂਡ ਤੱਕ ਦੇਖਿਓ। ਬਾਕੀ ਚੱਲਦੇ ਹਾਂ ਆਪਾਂ ਟ੍ਰੇਨ ਦੇ ਅੰਦਰ, ਕਿਉਂਕਿ 10 ਕੁ ਮਿੰਟ ਰਹਿ ਗਏ ਆ ਟ੍ਰੇਨ ਡਿਪਾਰਚਰ ਹੋਣ ਦੇ ਲਈ। ਸਾਨੂੰ ਜਰਮਨ ਬਰਲਿਨ ਸ਼ਹਿਰ ਤੋਂ ਲੈ ਕੇ ਪੋਲੈਂਡ ਵਾਰਸੋ ਸ਼ਹਿਰ ਤੱਕ 6.5 ਘੰਟੇ ਦਾ ਟਾਈਮ ਲੱਗਣਾ ਬਾਈ ਟ੍ਰੇਨ 'ਚ। ਜੇ ਅਸੀਂ ਬਾਏ ਏਅਰ ਜਾਂਦੇ ਤਾਂ ਸਾਨੂੰ 1 ਘੰਟਾ 10 ਮਿੰਟ ਲੱਗਣੇ ਸਿਰਫ, ਅਤੇ ਟਾਈਮ ਜ਼ਰੂਰ ਥੋੜ੍ਹਾ ਜ਼ਿਆਦਾ ਲੱਗਦਾ ਆ ਟ੍ਰੇਨ ਜਾਂ ਬੱਸ 'ਚ ਜਾਣਾ ਹੋਵੇ, ਬੱਸ 'ਚ ਥੋੜ੍ਹਾ ਘੰਟਾ 1 ਜ਼ਿਆਦਾ ਹੋਰ ਲੱਗ ਜਾਂਦਾ ਆ। ਹੁਣ ਸਾਨੂੰ 6.5 ਘੰਟੇ ਲੱਗਣੇ ਆ ਪੋਲੈਂਡ ਵਾਰਸੋ ਤੱਕ ਜਾਣ ਦੇ ਲਈ, ਪਰ ਕਾਫੀ ਸਸਤਾ ਹੈਗਾ ਆ ਜੇ ਆਪਾਂ ਸਫ਼ਰ ਕਰਦੇ ਹਾਂ ਟ੍ਰੇਨ 'ਚ ਜਾਂ ਬੱਸ 'ਚ, ਕਿਉਂਕਿ ਜੇ ਆਪਾਂ ਬਾਈ ਏਅਰ ਜਾਣਾ ਹੁੰਦਾ ਤਾਂ ਸਾਨੂੰ 4 ਗੁਣਾ ਜ਼ਿਆਦਾ ਕਿਰਾਇਆ ਦੇਣਾ ਪੈਣਾ ਸੀਗਾ। ਇੱਕ ਸਾਲ ਤੋਂ ਵੇਟ ਕਰ ਰਹੇ ਸੀਗੇ ਵੀ ਹਾਂ ਵੀ ਪੋਲੈਂਡ ਜਾਣ ਦੇ ਲਈ, ਬਾਰਡਰ ਕਲੋਜ਼ ਸੀਗੇ, ਬਾਰਡਰ ਬੰਦ ਕੀਤੇ ਹੋਏ ਸੀਗੇ ਯੂਰਪੀਅਨ ਯੂਨੀਅਨ ਨੇ, ਪਰ ਉਸ ਤੋਂ ਬਾਅਦ ਜਦੋਂ ਬਾਰਡਰ ਖੁੱਲ੍ਹੇ ਤਾਂ ਫਿਰ ਵੈਕਸੀਨੇਸ਼ਨ ਦਾ ਚੱਕਰ ਪੈ ਗਿਆ, ਕਿਉਂਕਿ ਇਹ ਹੁਣ ਅਲਾਊਡ ਕਰਤਾ ਆ ਯੂਰਪ ਦੇ ਵਿੱਚ। ਜੇ ਤੁਹਾਨੂੰ ਵੈਕਸੀਨੇਸ਼ਨ ਲੱਗੀ ਹੋਈ ਹੈਗੀ ਆ ਅਤੇ ਤੁਹਾਨੂੰ ਕੁਆਰੰਟਾਈਨ ਕਰਨ ਦੀ ਲੋੜ ਨਹੀਂ ਪੈਂਦੀ, ਜੇ ਨਹੀਂ ਲੱਗੀ ਤਾਂ ਤੁਹਾਨੂੰ ਫਿਰ 14 ਦਿਨ ਕੁਆਰੰਟਾਈਨ, ਅਲੱਗ ਅਲੱਗ ਘੰਟੇ ਅਲੱਗ ਅਲੱਗ ਰੂਲ ਆ, ਕਿਸੇ 10 ਦਿਨ ਕਿਤੇ 12 ਦਿਨ, ਕਿਸੇ 14 ਦਿਨ ਕੁਆਰੰਟਾਈਨ ਕਰਨਾ ਪੈਂਦਾ ਆ। ਤਾਂ ਜੇ ਤੁਸੀਂ ਯੂਰਪ ਦੇ ਵਿੱਚ ਕਿਤੇ ਵੀ ਟਰੈਵਲ ਕਰਨਾ ਚਾਹੁੰਦੇ ਹੋ, ਪੋਲੈਂਡ ਜਾਂ ਕਿਤੇ ਹੋਰ ਵੀ ਕਰਨਾ ਚਾਹੁੰਦੇ ਹੋ ਜਰਮਨ ਤੋਂ, ਅਤੇ ਜਰਮਨ ਦੇ ਵਿੱਚ ਜੇ ਤੁਸੀਂ ਵੈਕਸੀਨ ਲਵਾਉਣੀ ਹੈਗੀ ਆ, ਜਿਹੜੇ ਤਾਂ ਜਰਮਨ ਵਿੱਚ ਰਹਿੰਦੇ, ਮੈਂ ਜਰਮਨ ਦਾ ਪਤਾ, ਬਾਕੀ ਦਾ ਮੈਨੂੰ ਪਤਾ ਨਹੀਂ ਕੀ ਹਿਸਾਬ ਕਿਤਾਬ ਹੈਗਾ ਆ। ਸਭ ਤੋਂ ਪਹਿਲਾਂ ਤਾਂ ਜਦੋਂ ਆਪਾਂ ਵੈਕਸੀਨੇਸ਼ਨ ਪਹਿਲੀ ਲਵਾਉਣ ਜਾਣੀ ਆ ਅਪੁਆਇੰਟਮੈਂਟ ਲੈ ਕੇ, ਅਤੇ ਤੁਹਾਨੂੰ ਆਪਣੇ ਕਿਤੇ ਵੀ ਫਾਰਮੈਸੀ ਤੋਂ, ਕਿਤੇ ਵੀ ਆਪਣੇ ਮੈਡੀਕਲ ਸਟੋਰ ਤੋਂ ਤੁਸੀਂ ਇੱਦਾਂ ਦਾ ਨਾ ਤੁਹਾਨੂੰ ਦਿਖਾਉਣਾ ਮੈਂ, ਆਹ ਹੈਗਾ ਆ ਯੈਲੋ ਕਾਰਡ ਜਿਹਾ ਹੈਗਾ ਆ, ਅਤੇ ਇੱਦਾਂ ਦਾ ਕਾਰਡ ਮਿਲ ਜਾਂਦਾ ਆ, ਇਹ ਕਾਫੀ ਸਸਤਾ ਹੈਗਾ ਆ। ਮੇ ਬੀ ਮੈਨੂੰ ਯਾਦ ਨਹੀਂ ਕਿੰਨਾ ਹੈਗਾ ਰੇਟ ਆ, ਮੇ ਬੀ 10 ਯੂਰੋ ਦੇ ਅੰਡਰ ਹੈਗਾ ਆ, ਅਤੇ ਇਹ ਮਿਲ ਜਾਂਦਾ ਆ ਆਪਣਾ ਫਾਰਮੈਸੀ ਤੋਂ, ਕਿਤੇ ਵੀ ਮੈਡੀਕਲ ਸਟੋਰ ਤੋਂ, ਅਤੇ ਉੱਥੋਂ ਲੈ ਕੇ ਫਿਰ ਆਪਾਂ ਜਦੋਂ ਵੈਕਸੀਨੇਸ਼ਨ ਲਵਾਉਣੀ ਆ ਜਾਣਾ ਆ ਆਪਣੇ ਡਾਕਟਰ ਦੇ ਕੋਲ, ਉਹਨਾਂ ਨੂੰ ਦਿਖਾਉਣੀ ਪੈਂਦੀ ਆ ਬੁੱਕ, ਇਹ ਯੈਲੋ ਕਲਰ ਦੀ, ਅਤੇ ਸਾਡਾ ਨਾਮ ਵਗੈਰਾ, ਸਾਡਾ ਡੇਟ ਆਫ ਬਰਥ, ਅਤੇ ਸਾਰਾ ਕੁਛ, ਆਪਣਾ ਕਿੱਥੇ ਤੁਹਾਡਾ ਐਡਰੈਸ ਹੈਗਾ, ਉਹ ਸਾਰਾ ਕੁਛ ਲਿਖ ਦਿੰਦੇ ਆ, ਡੇਟ ਅਤੇ ਪਲੱਸ ਵੈਕਸੀਨ ਲੱਗੀ ਹੈਗੀ ਆ, ਅਤੇ ਉਹ ਸਾਰਾ ਕੁਛ ਲਿਖ ਦਿੰਦੇ। ਤੁਹਾਨੂੰ ਦਿਖਾਉਣਾ ਮੈਂ, ਇਸ ਤਰ੍ਹਾਂ ਲੱਗ ਜਾਂਦੀ ਆ। ਇੱਦਾਂ ਜਦੋਂ ਦੂਜੀ ਡੋਜ਼ ਲਵਾਉਂਦੇ ਆ ਉਦੋਂ ਵੀ ਉਹ ਫਿਰ ਜਿਹੜਾ ਸਟਿੱਕਰ ਹੁੰਦਾ ਹੈ ਵੈਕਸੀਨੇਸ਼ਨ ਦਾ ਲਾ ਕੇ, ਅਤੇ ਡੇਟ ਲਿਖ ਦਿੰਦੇ ਆ। ਉਸ ਤੋਂ ਬਾਅਦ ਤੁਸੀਂ ਜਾ ਕੇ ਆਪਣੇ ਫਾਰਮੈਸੀ 'ਤੇ ਉਹਨਾਂ ਨੂੰ ਆਪਣਾ ID ਵਗੈਰਾ, ਆਪਣਾ ਪਾਸਪੋਰਟ ਦਿਖਾ ਕੇ, ਅਤੇ ਯੈਲੋ ਕਾਰਡ ਦਿਖਾ ਕੇ, ਅਤੇ ਉਸ ਤੋਂ ਬਾਅਦ ਸਾਨੂੰ ਉਹ ਇੱਕ QR ਨੰਬਰ ਤੁਹਾਨੂੰ ਪ੍ਰਿੰਟ ਆਊਟ ਕਰ ਦਿੰਦੇ ਆ, ਅਤੇ ਉਹਦੇ ਵਿੱਚ ਆਪਣਾ ਸਾਰਾ ਕੁਛ ਜਿਹੜਾ ਸਿਸਟਮ ਦੇ ਵਿੱਚ ਪਾ ਦਿੰਦੇ, ਆਪਣਾ ਨਾਮ ਵਗੈਰਾ, ਆਪਣਾ ਡੇਟ ਆਫ ਬਰਥ ਵਗੈਰਾ, ਕਿਹੜੀ ਵੈਕਸੀਨ ਲੱਗੀ ਆ, ਸਾਰਾ ਕੁਛ, ਅਤੇ ਉਹ QR ਨੰਬਰ ਇੱਦਾਂ ਦਾ ਹੁੰਦਾ ਆ, ਅਸੀਂ ਦੇਖ ਰਹੇ ਹਾਂ। ਇਹ ਦੋ ਹੁੰਦੇ ਆ ਇੱਦਾਂ ਦੇ QR ਨੰਬਰ, ਇੱਕ ਤਾਂ ਪਹਿਲੀ ਵੈਕਸੀਨੇਸ਼ਨ ਦਾ, ਦੂਜੀ ਵੈਕਸੀਨੇਸ਼ਨ ਦਾ। ਉਹ ਤੋਂ ਬਾਅਦ ਕਰਨਾ ਕੀ ਆ, ਕੋ ਪਾਸ ਕਰਕੇ ਇੱਕ ਐਪ ਹੈਗੀ ਆ, ਤੁਸੀਂ ਆਪਣੇ ਐਂਡਰੋਇਡ ਤੁਹਾਡੇ ਕੋਲ ਫੋਨ ਹੈਗਾ ਆ, ਉਹ 'ਤੇ ਡਾਊਨਲੋਡ ਕਰ ਸਕਦੇ ਆ। ਡਾਊਨਲੋਡ ਕਰਨ ਤੋਂ ਬਾਅਦ ਤੁਸੀਂ ਜਿਹੜੇ ਹਾਂ ਬਾਰ ਕੋਡ ਹੈਗੇ ਆ, ਬਾਰ ਜੇ ਹੈਗੇ ਆ QR ਨੰਬਰ, ਅਤੇ ਇਹਨੂੰ ਆਪਾਂ ਉੱਥੇ ਜਾ ਕੇ ਆਪਾਂ ਸਕੈਨ ਕਰ ਲੈਣਾ ਦੋਨਾਂ ਨੂੰ। ਉਸ ਤੋਂ ਬਾਅਦ ਤੁਹਾਡਾ ਸਾਰਾ ਕੁਛ ਬਾਇਓਡਾਟਾ ਆ ਜਾਣਾ, ਵੀ ਹਾਂ ਵੀ ਤੁਹਾਡਾ ਨਾਮ, ਤੁਹਾਡਾ ਡੇਟ ਆਫ ਬਰਥ, ਤੁਹਾਡੀ ਕਿਹੜੀ ਵੈਕਸੀਨ ਲੱਗੀ ਆ, ਸਾਰਾ ਕੁਛ ਤੁਹਾਡਾ ਉਹਦੇ ਵਿੱਚ ਆ ਜਾਣਾ, ਅਤੇ ਉਹ ਆਪਾਂ ਸ਼ੋ ਕਰ ਸਕਦੇ ਹਾਂ ਕਿਤੇ ਵੀ ਏਅਰਪੋਰਟ ਤੋਂ ਟਰੈਵਲ ਕਰਨਾ ਆ ਜਾਂ ਫਿਰ ਅਸੀਂ ਟ੍ਰੇਨ 'ਚ ਸਫ਼ਰ ਕਰ ਰਹੇ, ਸਾਨੂੰ ਕੋਈ ਪੁੱਛਾ। ਬਾਕੀ ਏਅਰਪੋਰਟ ਦਾ ਹਜੇ ਮੈਨੂੰ ਪਤਾ ਨਹੀਂ ਹੈਗਾ, ਏਅਰਪੋਰਟ 'ਤੇ ਜਦੋਂ ਜਾਵਾਂਗੇ ਹੁਣ, ਅਤੇ ਇਨ ਫਿਊਚਰ ਦੇ ਵਿੱਚ ਤੁਹਾਨੂੰ ਦੱਸੂਗਾ ਉਹਦੇ ਬਾਰੇ ਵੀ। ਅਤੇ ਬਾਕੀ ਟ੍ਰੇਨ 'ਚ ਇੱਦਾਂ ਵੀ ਇਹ ਯੂਰਪ ਦੇ ਵਿੱਚ ਕਿਤੇ ਵੀ ਟਰੈਵਲ ਕਰਨਾ ਜ਼ਿਆਦਾ ਇੰਨਾ ਪੁੱਛਦੇ ਨਹੀਂ, ਕਈ ਵਾਰ ਪੁੱਛ ਵੀ ਸਕਦੇ ਆ। ਬਾਕੀ ਆਪਣਾ ਜਿਹੜਾ ਯੈਲੋ ਕਾਰਡ ਹੈਗਾ ਆ, ਆਪਣੇ ਕੋਲ ਰੱਖਣਾ ਬੈਟਰ ਹੈਗਾ, ਵੀ ਜੇ ਤੁਹਾਡਾ ਫੋਨ ਕਿਤੇ ਇੰਟਰਨੈਟ ਨਹੀਂ ਚੱਲਦਾ ਜਾਂ ਕੁਛ ਹੋਰ ਪ੍ਰੋਬਲਮ ਹੈਗੀ ਆ, ਤੁਸੀਂ ਆਪਣਾ ਜਿਹੜਾ ਵੈਕਸੀਨੇਸ਼ਨ ਲੱਗੀ ਆ ਉਹ ਕਾਰਡ ਦਿਖਾ ਸਕਦੇ ਕਿਤੇ ਵੀ। ਖਾਧਾ ਪੀਤਾ ਨਹੀਂ ਸੀਗਾ, ਐਦੀ ਅਸੀਂ ਨਿਕਲੇ ਹਾਂ। ਅਸੀਂ ਇੱਥੇ ਟ੍ਰੇਨ 'ਚ ਰੈਸਟੋਰੈਂਟ ਵੀ ਹੈਗਾ ਆ, ਅਤੇ ਉੱਥੇ ਚੱਲੇ ਹਾਂ ਅਤੇ ਦੇਖਦੇ ਹਾਂ
कुछ खाण पीण मिलता किदा कि नहीं ना। एक ट्रेन का रेस्टोरेंट हैगा आ, काफ़ी वधिया बने हुए है, इतने बंदा बह के खा पी सकता है, तो जो मर्जी बंदा इतने ऑर्डर कर सकता है खाण पीण के लिए, तो रेट भी इन्होंने काफ़ी जैनुअन है। तो ट्रेन इतने थोड़ी देर लिए रुकी हैगी है, पोलैंड का पहला ट्रेन स्टेशन हैगा आ, तो इतने ट्रेन च अनाउंस भी किया भी हाँ भी हो सकता भी इमीग्रेसन वाले तो थोड़े डॉकूमेंट चैक कर सकते हैं। जो आप एक यूरोपियन कंट्री दूजी यूरोपियन कंट्री जाते हैं बॉर्डर चैकिंग कई बार हो जाती है, थोड़े डॉकूमेंट पहुँच सकते हैं, तो थोड़ी देर ट्रेन इतने रुकेगी। साढ़े तीन घंटे के सफर तो बाद असी पोलैंड के शहर पोजनान पहुँच गए हैं। 10 मिनट ट्रेन इतने रुकनी है, पर आप इतने नहीं जाना है, आप अगे जाना हजे पोलैंड के कैपिटल सिटी वॉर्सो। जहाज नालों ट्रेन में सफर कर एक फायदा हैगा आ, आले दुआले सारे पासे सोहने सोहने पिंड देखने मिलते हैं। जे आप जहाज सफर करिए तो सिर्फ आपां उड़न ते उतरन वेले ही नज़ारा वधिया लगता है, बाकी उपर जाके तो जो जहाज उड़ता है सिर्फ बदले बदल देते हैं आले दुआले और कुछ नहीं था, पर ट्रेन जो सारे कुछ देख सकते हैं, आले दुआले सोहने सोहने पिंड सोहने सोहने जगह आप देख सकते हैं। तो असी अपना जी जगह सी अपने सीटिंग वाली चेंज कर ली है, असं हूँ कैबिन च आ गए हैं, क्योंकि जिते असी बैठे सके उत्थे उहदे पिछले पासे एक बंदा बैठा सी, उहने मास्क भी लगाया होया सीगा, हो सकता भी पोलैंड दे विच इन्होंने ज़्यादा ढिल दित्ती होई है भी मास्क लगाने जरूरी नहीं है ट्रेनों विच, पर जर्मन दे विच जो ट्रेन च सफर करदे हो बस च कर रहे हो किसी भी ट्रांसपोर्टेशन च करदे हो मास्क लगाना जरूरी है, पर इत्थे कई लोगों मैं देखिया ट्रेन दे विच उन्होंने मास्क नहीं लाए हुए, साढ़े पिछे एक बंदा बैठा सीगा उन्हें मास्क नहीं लाया सीगा, तो वह खांसी कर रहा सीगा छिक्का मार रहा सीगा, तो असीं बैटर समझे अपना जिहड़ी सीटिंग वाली जगह हैगी चेंज कर ली, असीं हुण कैबिन दे विच आ गए हैं, तो इतने साढ़े नाल होर कोई नहीं बैठा सिर्फ असीं बैठे हुए हैं इतने, पर असीं वैक्सीन लवाई हुई है, पर इहदा मतलब ये नहीं है भी वैक्सीन लवाण दा भी सानूं करोना नहीं हो सकता, वैक्सीन लवाण तो भी करोना बाद हो सकता है, तो बैटर आ भी अपनी सेफ्टी आप रखी जाए, तो इसलिए असीं अपनी जगह चेंज कर ली सी, तो बस हुण मेरे हिसाब नाल 2 घंटे का हाउ लॉन्ग वी नीड टू गेट देयर, 2.5 घंटे हो रही है वॉर्सो पोलैंड की कैपिटल सिटी पहुँचने के लिए। पोलैंड का कैपिटल सिटी का सेंटर स्टेशन वॉर्सो, तो काफ़ी वधिया सफर रहा साढ़ा, 6.5 घंटे लगे पूरे सानू इतने पहुँचण तक, तो फील ही नहीं होया भी असी ट्रेन च सफर कर रहे हैं, इंज महसूस हो रहा है जिदा आपां जहाज बैठे हैं, क्योंकि सारिया फैसिलिटियां हुई ट्रेन च हैगियां, तो हुण असी इतों बाहर निकलना जिहड़ा सेंटर स्टेशन हैगा ट्रेन स्टेशन निकल के, तो असी ऑलरेडी अपना होटल बुक कराया होया हैगा आ, तो इतों 6 मिनट लगने हैं, पहला आप चलते हैं सेंटर स्टेशन तो बाहर।
ਜਿਹੜਾ ਵਾਰਸੋ ਦਾ ਟ੍ਰੇਨ ਸਟੇਸ਼ਨ ਹੈਗਾ ਸੈਂਟਰਲ ਟ੍ਰੇਨ ਸਟੇਸ਼ਨ ਬਿਲਕੁਲ ਸਿਟੀ ਸੈਂਟਰ ਦੇ ਵਿੱਚ ਪੈਂਦਾ ਵਾਰਸੋ ਦੇ ਅਤੇ ਪਿੱਛੇ ਤੁਸੀਂ ਦੇਖ ਰਹੇ ਹੋ ਇਹ ਸਿਟੀ ਸੈਂਟਰ ਹੈਗਾ ਆ ਕਾਫੀ ਸੋਹਣਾ ਆ ਨੈਕਸਟ ਵੀਡੀਓ ਦੇ ਵਿੱਚ ਜਿਹੜਾ ਨੈਕਸਟ ਵੀਡੀਓ ਆਊਗੀ ਉਹਦੇ ਵਿੱਚ ਤੁਹਾਨੂੰ ਸਾਰਾ ਐਕਸਪਲੋਰ ਕਰੂੰਗਾ ਵਾਰਸੋ ਸ਼ਹਿਰ ਅਤੇ ਅੱਜ ਅਸੀਂ ਇੱਥੇ ਇੱਕ ਦਿਨ ਵਾਸਤੇ ਰੁਕਣਾ ਆ ਕੱਲ੍ਹ ਨੂੰ ਅਸੀਂ ਫਿਰ ਮਾਰਤਾ ਦੇ ਸ਼ਹਿਰ ਜਾਣਾ ਆ ਅਤੇ ਤੁਹਾਨੂੰ ਅੱਗੇ ਨੈਕਸਟ ਵੀਡੀਓ ਵਿੱਚ ਪਤਾ ਲੱਗ ਜੂਗਾ ਕਿਹੜਾ ਸ਼ਹਿਰ ਹੈਗਾ ਆ ਤੁਹਾਨੂੰ ਉੱਥੇ ਵੀ ਜਾ ਕੇ ਮੈਂ ਸਾਰਾ ਕੁਝ ਦਿਖਾਊਂਗਾ ਅਤੇ ਸਾਡਾ ਹੋਟਲ ਬਿਲਕੁਲ ਨੇੜੇ ਹੈਗਾ ਆ ਆਹ ਸਾਹਮਣੇ ਸਾਡਾ ਹੋਟਲ ਹੈਗਾ ਆ ਨੋਵੋਟੇਲ ਅਤੇ ਇੱਥੇ ਅਸੀਂ ਆਪਣਾ ਬੁੱਕ ਕਰਿਆ ਹੋਇਆ ਆ ਕਮਰਾ ਅਤੇ ਚੱਲਦੇ ਹਾਂ ਪਹਿਲਾਂ ਆਪਾਂ ਹੋਟਲ ਦੇ ਅੰਦਰ ਉੱਥੇ ਚੇਂਜਿੰਗ ਕਰਕੇ ਆਪਣਾ ਸਾਰਾ ਕੁਝ ਸਮਾਨ ਰੱਖ ਕੇ ਫਿਰ ਦੇਖਦੇ ਹਾਂ ਕੀ ਕਰਨਾ ਅੱਗੇ ਮੈਂ ਵੇਟ ਕਰ ਰਿਹਾ ਇੱਥੇ ਵੇਟਿੰਗ ਲੌਂਗ ਦੇ ਵਿੱਚ ਅਤੇ ਮਾਰਤਾ ਉੱਧਰ ਜਾ ਕੇ ਆਪਣੇ ਪੈਸੇ ਪੇ ਕਰ ਰਹੀ ਆਪਣੇ ਰੂਮ ਦੇ ਅਤੇ ਉਹਨੇ ਚਾਬੀ ਵੀ ਲੈਣੀ ਆਪਣੇ ਰੂਮ ਦੀ ਅਤੇ ਉਸ ਤੋਂ ਬਾਅਦ ਚਾਬੀ ਲੈ ਕੇ ਆਪਾਂ ਚੱਲਦੇ ਹਾਂ ਆਪਣੇ ਕਮਰੇ ਦੇ ਵਿੱਚ ਅਤੇ ਤੁਹਾਨੂੰ ਕਮਰੇ ਦੇ ਵਿੱਚ ਜਾ ਕੇ ਉੱਪਰੋਂ ਤੁਹਾਨੂੰ ਵਿਊ ਦਿਖਾਊਂਗਾ ਕਾਫੀ ਮੇਰੇ ਹਿਸਾਬ ਨਾਲ ਵਿਊ ਵਧੀਆ ਹੋਣਾ ਆ ਇਹ ਸਾਡਾ ਹੈਗਾ ਆ ਹੋਟਲ ਵਾਲਾ ਕਮਰਾ ਲਗਜ਼ਰੀ ਕਲਾਸ ਕਮਰਾ ਆ ਅਤੇ ਤੁਹਾਨੂੰ ਮੈਂ ਆਪਣਾ ਹੋਟਲ ਵਾਲਾ ਕਮਰਾ ਦਿਖਾਉਂਦਾ ਆ ਸਾਰੀ ਫੈਸਿਲਿਟੀ ਇੱਥੇ ਹੈਗੀ ਆ ਅਤੇ ਇੱਧਰ ਇਹ ਐਂਟਰੈਂਸ ਹੈਗੀ ਆ ਇੱਥੋਂ ਆਪਾਂ ਜਾਂ ਐਂਟਰ ਕਰਦੇ ਹਾਂ ਇੱਧਰ ਆਪਣਾ ਕੱਪੜੇ ਕੁਪੜੇ ਟੰਗਣ ਨੂੰ ਹੈਗਾ ਆ ਅਤੇ ਨਾਲ ਹੀ ਇਹਦੇ ਟੋਇਲਟ ਹੈਗੀ ਆ ਅਤੇ ਇੱਧਰ ਸ਼ਾਵਰ ਲੈਣ ਨੂੰ ਬਣਿਆ ਹੋਇਆ ਹੀਟਿੰਗ ਸਿਸਟਮ ਸਾਰਾ ਕੁਛ ਇੱਥੇ ਹੈ ਅਤੇ ਮੈਟ ਤਾਂ ਮੈਂ ਕਹਿੰਦਾ ਆਤਾ ਪੂਰੀ ਅਤੇ ਆਹ ਬੈੱਡ ਹੈਗੇ ਆ ਇਹ ਸਾਡਾ ਮਾਸਟਰ ਬੈੱਡ ਹੈਗਾ ਆ ਇਹ ਵਿਕਟੋਰੀਆ ਦਾ ਬੈੱਡ ਇੱਥੇ ਪੈਣ ਨੂੰ ਟੀ ਵੀ ਵਗੈਰਾ ਸਾਰਾ ਕੁਛ ਮਿਲਿਆ ਆ ਇੱਥੇ ਕੌਫੀ ਵਗੈਰਾ ਇੰਟਰਨੈੱਟ ਸਭ ਕੁਛ ਹੈਗਾ ਆ ਅਤੇ ਇੱਧਰ ਤੁਹਾਨੂੰ ਦਿਖਾਉਂਦਾ ਪਿਛਲੇ ਪਾਸੇ ਦਾ ਵਿਊ ਆਹ ਹੈਗਾ ਆ ਵਾਰਸੋ ਸ਼ਹਿਰ ਸਾਹਮਣੇ ਹੋ ਤੁਸੀਂ ਦੇਖ ਰਹੇ ਹੋ ਇੱਥੇ ਆਹ ਸਟੇਡੀਅਮ ਹੈਗਾ ਆ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਉਂਦਾ ਉਹ ਸਟੇਡੀਅਮ ਹੈ ਉੱਥੇ ਅਤੇ ਆਹ ਸ਼ਹਿਰ ਇੱਦਾਂ ਦਿਖਦਾ ਆ ਵਾਰਸੋ ਮੇਰੇ ਖਿਆਲ ਤੁਹਾਨੂੰ ਵਧੀਆ ਲੱਗਿਆ ਹੋਣਾ ਵਿਊ ਇੱਥੇ ਦਾ ਵਾਰਸੋ ਸ਼ਹਿਰ ਦਾ ਦੇਖ ਕੇ ਪੋਲੈਂਡ ਦੀ ਕੈਪੀਟਲ ਸਿਟੀ ਬਹੁਤ ਹੀ ਸੋਹਣੀ ਹੈਗੀ ਆ ਬਾਕੀ ਅੱਜ ਦੀ ਵੀਡੀਓ ਤੁਹਾਡਾ ਆਪਾਂ ਇੱਥੇ ਕਰਾਂਗੇ ਕਿਉਂਕਿ ਇਹ ਤਾਂ ਸਵੇਰ ਦੇ ਤੁਰੇ ਹੋਏ ਆ ਤੁਹਾਨੂੰ ਪਤਾ ਹੀ ਆ 6:30 ਘੰਟੇ ਲੱਗ ਗਏ ਨੇ ਇੱਥੇ ਤੱਕ ਆਉਣ ਦੇ ਲਈ ਬਾਈ ਟ੍ਰੇਨ ਅਤੇ ਥੋੜ੍ਹਾ ਜਿਹਾ ਹੁਣ ਨਹਾ ਧੋ ਕੇ ਰੀਫਰੈਸ਼ ਹੋ ਜਾਈਏ ਕੁਛ ਖਾਣਾ ਪੀਣਾ ਭੁੱਖ ਲੱਗ ਰਹੀ ਆ ਅਤੇ ਬਾਕੀ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਮੈਂ ਇੱਥੇ ਦੇ ਵਾਰਸੋ ਸ਼ਹਿਰ ਦੀਆਂ ਜਗ੍ਹਾਵਾਂ ਸੋਹਣੀ ਸੋਹਣੀ ਜਗ੍ਹਾਵਾਂ ਬਿਲਡਿੰਗਾਂ ਤੁਹਾਨੂੰ ਦਿਖਾਊਂਗਾ ਅਤੇ ਬਾਕੀ ਤੁਸੀਂ ਜੁੜੇ ਰਹੋ ਚੈਨਲ ਦੇ ਨਾਲ ਅਤੇ ਤੁਹਾਡਾ ਸਾਰਿਆਂ ਦਾ ਆਹ ਵੀਡੀਓ ਦੇਖਣ ਲਈ ਬਹੁਤ ਜ਼ਿਆਦਾ ਧੰਨਵਾਦ ਜੀ।